ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਅਕਸਰ ਤੁਹਾਡੇ ਰੂਬਰੂ ਅਸੀਂ ਉਹ ਵੀਡੀਓਜ਼ ਕਰਦੇ ਹਾਂ ਜਿਹਦੇ ਨਾਲ ਸਿੱਖ ਸੰਗਤ ਨੂੰ ਕੁਝ ਚੰਗਾ ਵੇਖਣ ਨੂੰ ਮਿਲੇ, ਸਮਝਣ ਨੂੰ ਮਿਲੇ। ਪਰ ਅੱਜ ਬੜੇ ਹੀ ਦੁਖੀ ਦਿਲ ਦੇ ਨਾਲ ਇੱਕ ਅਜਿਹੀ ਵੀਡੀਓ ਤੁਹਾਡੇ ਰੂਬਰੂ ਕਰਨ ਜਾ ਰਿਹਾ ਜਿਸ ਨੂੰ ਵੇਖ ਕੇ ਸ਼ਾਇਦ ਤੁਹਾਡੀਆਂ ਵੀ ਅੱਖਾਂ ਸ਼ਰਮਸਾਰ ਹੋ ਜਾਣਗੀਆਂ। ਇੱਕ ਪੁਲਿਸ ਅਧਿਕਾਰੀ ਜਿਸਨੇ ਅੰਮ੍ਰਿਤ ਛਕਿਆ ਹੈ ਆਪਣੇ ਕਛਹਿਰੇ ਦੇ ਨਾਲ ਜਰਦੇ ਦੀਆਂ ਪੂੜੀਆਂ ਬੰਨ ਕੇ ਜੇਲ੍ਹ ਦੇ ਅੰਦਰ ਕੈਦੀਆਂ ਨੂੰ ਦੇਣ ਵਾਸਤੇ ਲੈ ਕੇ ਜਾ ਰਿਹਾ ਸੀ, ਜਿਸ ਨੂੰ ਰੰਗੇ ਹੱਥੀਂ ਫੜਿਆ ਗਿਆ, ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇੱਕ ਅੰਮ੍ਰਿਤਧਾਰੀ ਵੀਰ ਆਖਿਰ ਅਜਿਹੀ ਘਟੀਆ ਹਰਕਤ ਕਿੱਦਾਂ ਕਰ ਸਕਦਾ ਹੈ ਚੰਦ ਪੈਸਿਆਂ ਦੀ ਖਾਤਰ। ਕਿਉਂਕਿ ਤੰਬਾਕੂ ਦੇ ਖੇਤ ਵਿੱਚੋਂ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਵੀ ਨਹੀਂ ਸੀ ਲੰਘਿਆ, ਅਤੇ ਜਿਸਨੇ ਖੰਡੇ ਬਾਟੇ ਦੀ ਪਹੁਲ ਲਈ ਹੈ ਉਹ ਕਿੱਦਾਂ ਤੰਬਾਕੂ ਦੀਆਂ ਜਰਦੇ ਦੀਆਂ ਪੂੜੀਆਂ ਕੈਦੀਆਂ ਨੂੰ ਪਹੁੰਚਾਉਣ ਦੀ ਹਿੰਮਤ ਕਰ ਸਕਦਾ ਹੈ। ਆਓ ਪਹਿਲਾਂ ਇਹ ਵੀਡੀਓ ਵੇਖਦੇ ਹਾਂ, ਫਿਰ ਬਾਕੀ ਦੀ ਗੱਲ ਕਰਦੇ ਹਾਂ। ਕਿੰਨੇ ਦਾ? ਕਿੰਨੇ ਵਿੱਚ ਦੇਣਾ ਆ ਇਹ? ਨਹੀਂ ਜੋ ਦੇਗਾ ਨੀ, ਤੇਰੀ ਕਮਿਟਮੈਂਟ ਕੀ ਹੋਈ ਆ? ਉਹ ਸਾਰਾ ਤੁਹਾਨੂੰ ਛੱਡਦੀ ਹੈ, 500 ਰੁਪਏ ਵਿੱਚ ਦੇਣਾ ਜਿੰਨੇ ਅੰਮ੍ਰਿਤ ਸਾਹਿਬ ਸੱਤ ਹਜ਼ਾਰਾਂ ਦੇ ਬੂਥੇ ਦੇ ਮਗਰੀ ਕੋਈ ਆ ਉਹ ਕਿੰਨੇ ਵਿੱਚ ਦੇਣਾ ਆ ਇਹ? ਨਹੀਂ ਜੋ ਦੇਗਾ ਨੀ, ਤੇਰੀ ਕਮਿਟਮੈਂਟ ਕੀ ਹੋਈ ਆ? ਉਹ ਸਾਰਾ ਤੁਹਾਨੂੰ ਛੱਡਦੀ ਹੈ, 500 ਰੁਪਏ ਵਿੱਚ ਦੇਣਾ ਜਿੰਨੇ ਅੰਮ੍ਰਿਤ ਸਾਹਿਬ ਸੱਤ ਹਜ਼ਾਰਾਂ ਦੇ ਬੂਥੇ ਦੇ ਮਗਰੀ ਪੁੜੀ ਇੱਕੋ ਹੀ ਆ। ਗੁਰਪਿਆਰਿਓ, ਇਹ ਹਾਲ ਕਿਸੇ ਇੱਕ ਇਨਸਾਨ ਦਾ ਨਹੀਂ, ਬਹੁਤ ਸਾਰੇ ਅਜਿਹੇ ਮਸੰਦ ਨੇ ਜਿਨ੍ਹਾਂ ਨੇ ਚੋਲੇ ਤਾਂ ਪਾਏ ਹੋਏ ਨੇ ਪਰ ਉਹ ਆਪਣੇ ਫਰਜ਼ ਭੁੱਲੀ ਬੈਠੇ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੁੰਦੇ ਨੇ ਪਰ ਉਸ ਦੀ ਮਰਿਆਦਾ ਭੁੱਲੀ ਬੈਠੇ ਨੇ। ਅੱਜ ਸਾਨੂੰ ਲੋੜ ਹੈ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਦੀ, ਤਾਂ ਜੋ ਅਜਿਹੇ ਘਟੀਆ ਲੋਕਾਂ ਨੂੰ ਅਸੀਂ ਆਪਣੀ ਕੌਮ ਚੋਂ ਬਾਹਰ ਕਰ ਸਕੀਏ ਜਾਂ ਉਹਨਾਂ ਨੂੰ ਸੋਧ ਕੇ ਵਾਪਸ ਕੌਮ 'ਚ ਸ਼ਾਮਿਲ ਕਰ ਸਕੀਏ, ਅਤੇ ਅਜਿਹੇ ਮਸੰਦ ਜੋ ਕੁਰਾਹੇ ਪਾਉਂਦੇ ਨੇ ਨੌਜਵਾਨ ਪੀੜ੍ਹੀ ਨੂੰ ਉਹਨਾਂ ਨੂੰ ਸੋਧਾ ਲਾ ਸਕੀਏ, ਤਾਂ ਜੋ ਅਜਿਹੀਆਂ ਘਟੀਆ ਹਰਕਤਾਂ ਕਿਸੇ ਨੂੰ ਕਰਨ ਦੀ ਹਿੰਮਤ ਨਾ ਪਵੇ, ਕੋਈ ਗਲਤ ਸੰਦੇਸ਼ ਕਿਸੇ ਨੂੰ ਕੋਈ ਨਾ ਦੇਵੇ। ਵਿਚਾਰ ਚੰਗੇ ਲੱਗੇ ਹੋਣ, ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।